ਅੱਜ ਇਸ ਸਰਕਾਰ ਤੋਂ ਅਸੀਂ ਆਸ ਰੱਖਦੇ ਹਾਂ ਕਿ ਪੰਜਾਬ ਦੇ ਨਾਲ ਜਿਹੜੇ ਇਤਿਹਾਸਿਕ ਧੱਕੇ ਕੀਤੇ ਗਏ ਨੇ ਇਸ ਕਾਂਗਰਸ ਪਾਰਟੀ ਅਤੇ ਗਾਂਧੀ ਪਰਿਵਾਰ ਤੋਂ, ਉਸ ਇਤਿਹਾਸਿਕ ਧੱਕਿਆਂ ਨੂੰ ਪੰਜਾਬ ਨੂੰ ਮਲਮ ਲਾਉਣ ਵਾਸਤੇ ਅਤੇ ਪੰਜਾਬ ਦੀ ਕੀਤੀ ਹੋਈ ਕੁਰਬਾਨੀਆਂ ਨੂੰ ਦੇਖਦੇ ਹੋਏ ਇਹ ਸਰਕਾਰ ਜ਼ਰੂਰ ਸਾਡੇ ਮੰਗਾਂ ਦੇ ਵੱਲ ਧਿਆਨ ਦੇਵੇਗੀ। ਸਭ ਤੋਂ ਵੱਡੀ ਮੰਗ 1966 'ਚ ਪੰਜਾਬ ਰੀਓਰਗਨਾਈਜੇਸ਼ਨ ਐਕਟ 'ਚ ਜਿਹੜੀ ਸਾਡੀ ਰਾਜਧਾਨੀ ਦਾ ਸਾਡੇ ਨਾਲ ਵਾਅਦਾ ਕੀਤਾ ਗਿਆ ਸੀਗਾ, ਅੱਜ ਤਾਈਂ ਚੰਡੀਗੜ੍ਹ ਸਾਡੀ ਰਾਜਧਾਨੀ ਸਾਨੂੰ ਨਹੀਂ ਦਿੱਤੀ ਗਈ ਹੈ। ਰਾਜੀਵ ਲੌਂਗੋਵਾਲ ਅਕੋਰਡ, ਭਾਵੇਂ ਪ੍ਰਧਾਨ ਮੰਤਰੀ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ 26 ਜਨਵਰੀ 1986 'ਚ ਚੰਡੀਗੜ੍ਹ ਪੰਜਾਬ ਨੂੰ ਟ੍ਰਾਂਸਫਰ ਹੋਊਗਾ, ਲੇਕਿਨ ਰਾਤੋਂ ਰਾਤ ਉਸ ਤੋਂ ਵੀ ਮੁਕਰ ਗਏ। ਅੱਜ ਅਸੀਂ ਆਸ ਰੱਖਦੇ ਹਾਂ ਇਸ ਸਰਕਾਰ ਤੋਂ ਕਿ ਇੰਨੀ ਵੱਡੀ ਬਹੁਮਤ ਦੇ ਨਾਲ ਜਦ ਤੁਹਾਡੀ ਸਰਕਾਰ ਤੁਸੀਂ ਕਹਿੰਦੇ ਹੋ ਬਣਨ ਜਾ ਰਹੀ ਹੈ, ਆਸ ਰੱਖਦੇ ਹਾਂ ਕਿ ਪੰਜਾਬ ਵੱਲ ਵੀ ਤੁਸੀਂ ਜ਼ਰੂਰ ਧਿਆਨ ਦਿਓਗੇ ਅਤੇ ਸਾਡੇ ਨਾਲ ਇਤਿਹਾਸਿਕ ਧੱਕੇ ਜਿਹੜੇ ਕੀਤੇ ਗਏ ਨੇ ਉਹਨਾਂ ਨੂੰ ਵੀ ਤੁਸੀਂ ਜ਼ਰੂਰ ਉਹ ਪੂਰਾ ਕਰਨ ਵਾਸਤੇ ਆਪਣਾ ਕੰਮ ਆਓਗੇ। ਦੂਜੀ ਬੇਨਤੀ ਮੈਂ ਆਹ ਕਰਦੀ ਹਾਂ ਕਿ ਚੰਡੀਗੜ੍ਹ ਸਾਡੀ ਰਾਜਧਾਨੀ, ਇਹਦੇ ਵਿੱਚ ਪੰਜਾਬੀ ਭਾਸ਼ਾ ਲਾਗੂ ਕੀਤੀ ਜਾਏ, ਕਿਉਂਕਿ ਪੰਜਾਬ ਇੱਕ ਟੈਂਪਰਰੀ ਰਾਜਧਾਨੀ ਪੰਜਾਬ ਦੇ ਹਰਿਆਣਾ ਦੇ ਵਿੱਚ ਸੀਗੀ। ਇੱਥੇ ਦੇ ਅਫਸਰ ਜਿਹੜੇ ਵੀ ਕਾਡਰ ਅਫਸਰਸ ਹੁੰਦੇ 60-40 ਰੇਸ਼ੋ ਵਿੱਚੋਂ ਪੰਜਾਬ ਅਤੇ ਚੰਡੀਗੜ੍ਹ ਉਹ ਲੈਣੇ ਚਾਹੀਦੇ ਨੇ, ਲੇਕਿਨ ਇਹ ਸਰਕਾਰ ਨੇ ਉਸ ਰੇਸ਼ੋ ਨੂੰ ਬਦਲ ਕੇ ਅੱਜ ਦੂਜੇ ਐਗਮਟ ਅਫਸਰ ਸੀ ਉਹਨਾਂ ਦੀ ਗਿਣਤੀ ਵੱਧ ਰਹੀ ਹੈ ਅਤੇ ਪੰਜਾਬ ਹਰਿਆਣਾ ਦੀ ਘੱਟ ਰਹੀ ਹੈ, ਜਿਹਦੇ ਕਰਕੇ ਸਾਡਾ ਜਿਹੜਾ ਆਪਣੇ ਰਾਜਧਾਨੀ ਦੇ ਉੱਤੇ ਸਾਡਾ ਹੱਕ ਹੈ ਉਹ ਹੱਕ ਘੱਟ ਰਿਹਾ ਹੈ। ਅਗਲੀ ਗੱਲ ਸਭ ਹਿੰਦੁਸਤਾਨ 'ਚ ਸ਼ਾਇਦ ਦੁਨੀਆ 'ਚ ਜਿੱਥੇ ਪੰਜਾਬ ਇਕਲੌਤਾ ਸੂਬਾ ਹੈ ਜਿੱਥੇ ਸਾਡੀ ਰਾਜਧਾਨੀ ਨਹੀਂ ਹੈ, ਇਕਲੌਤਾ ਸੂਬਾ ਹੈ ਜਿੱਥੇ ਸਾਡਾ ਪਾਣੀ ਸਾਡਾ ਆਪਣਾ ਨਹੀਂ ਹੈ। ਇਸ ਕਾਂਗਰਸ ਦੇ ਮੰਤਰੀ ਨੇ ਧੱਕਾ ਕਰਕੇ ਸਾਡਾ ਪਾਣੀ ਅੱਧਾ ਰਾਜਸਥਾਨ ਨੂੰ ਦਿੱਤਾ ਇੰਦਰਾ ਗਾਂਧੀ ਦੇ ਕਹਿਣ 'ਚ, ਅਤੇ ਇਹ ਵੀ ਨਹੀਂ ਕਿ ਰਿਪੇਰੀਅਨ ਪ੍ਰਿੰਸੀਪਲ ਨੂੰ ਫੋਲੋ ਕੀਤਾ ਜਾਏ ਕਿ ਪਹਿਲਾ ਹੱਕ ਪਾਣੀ ਪੰਜਾਬ ਦਾ ਹੁੰਦਾ ਹੈ। ਅੱਜ ਤਾਂ ਹੀ ਸਾਡਾ ਪੰਜਾਬ ਦਾ ਪਾਣੀ ਰਾਜਸਥਾਨ ਨੂੰ ਜਾਂਦਾ, ਸਾਨੂੰ ਉਹਦੇ ਵਾਸਤੇ ਮੁੱਲ 'ਚ ਕੁਛ ਵੀ ਨਹੀਂ ਮਿਲਦਾ। ਸੋ ਇਹ ਜਿਹੜਾ ਹਿਸਟੋਰਿਕ ਸਾਡੇ ਨਾਲ ਇਨਜਸਟਿਸ, ਸਾਡਾ ਪਾਣੀ ਸਾਨੂੰ ਵਾਪਸ ਦਿੱਤਾ ਜਾਏ, ਅਸੀਂ ਫੈਸਲਾ ਕਰਾਂਗੇ ਕਿ ਕਿਹਨੂੰ ਵੇਚਣਾ ਅਤੇ ਕਿਹਨੂੰ ਨਹੀਂ ਵੇਚਣਾ ਹੈ। ਇਸੀ ਤਰ੍ਹਾਂ ਸਰ ਜਿਹੜਾ ਸਾਡਾ BBMG 'ਚ ਸਾਡਾ ਇੱਕ ਮੈਂਬਰ ਹੁੰਦਾ ਸੀ, ਉਹਦੇ ਕਾਨੂੰਨ ਨੂੰ ਇਸ ਤਰ੍ਹਾਂ ਕਰਤਾ ਕਿ ਹੁਣ ਪੰਜਾਬ ਦਾ ਉੱਥੇ ਮੈਂਬਰ ਨਹੀਂ ਲਿਆ ਤਾਂ ਬਾਹਰ ਦੇ ਬੰਦੇ ਉਹਦੇ ਵਿੱਚ ਮੈਂਬਰ ਬਣ ਰਹੇ ਨੇ।